ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਕਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਚੁੱਕੀ ਹੈ ਅਮਰੀਕਾ ਦੇ ਵਿੱਚ ਵਾਪਰਿਆ ਕਹਿਰ 41 ਲੋਕਾਂ ਦੀ ਹੋਈ ਇਸ ਤਰ੍ਹਾਂ ਅਚਾਨਕ ਮੌਤ ਸ਼ਾਈ ਸੋਗ ਦੀ ਲਹਿਰ ਵੀਡੀਓ ਨੂੰ ਪੂਰੀ ਅੰਤ ਤੱਕ ਦੇਖ ਲਿਓ ਪੂਰੀ ਖਬਰ ਦਾ ਤੁਹਾਨੂੰ ਪਤਾ ਲੱਗ ਜਾਵੇਗਾ ਨਾਲ ਹੀ ਵੀਡੀਓ ਨੂੰ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਹਾਂ ਦੋਸਤੋ ਦੇਸ਼ ਅਮਰੀਕਾ ਦੇ ਵਿੱਚ ਵੱਡੀ ਆਫਤ ਆ ਚੁੱਕੀ ਹੈ ਜਜਦੇ ਨਾਲ ਜੂਝ ਰਿਹਾ ਤੇ ਇਸ ਕੁਦਰਤੀ ਆਫਤ ਦੇ ਨਾਲ कई लोकां ने मौत हो चुकी है दरअसल अमेरिका जो कि दुनिया ਦਾ ਸਭ ਤੋਂ ਵੱਧ ਤਾਕਤਵਰ ਦੇਸ਼ ਆ ਉਹਦੇ ਵਿੱਚ ਹੁਣ ਇੱਕ ਤੂਫਾਨ ਨੇ ਦਸਤਕਤ ਦੇ ਦਿੱਤੀ ਹੈ ਈਡਾ ਨਾਮ ਦਾ ਇਹ ਤੂਫਾਨ ਹੈ ਜਿਸ ਦੇ ਕਾਰਨ ਹੁਣ ਤੱਕ ਅਮਰੀਕਾ ਦੇ ਵਿੱਚ 41 ਲੋਕਾਂ ਦੀ ਮੌਤ ਹੋ ਗਈ ਹੈ ਲੋਕਾਂ ਦੇ ਵਿੱਚ ਇਸ ਤੂਫਾਨ ਦੇ ਕਾਰਨ ਡਰ ਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਲਗਾਤਾਰ ਬਾਰਿਸ਼ ਵੀ ਹੋ ਰਹੀ ਹੈ ਜਿਸ ਦੇ ਕਾਰਨ ਭਾਰੀ ਬਾਰਿਸ਼ ਨੂੰ ਵੇਖਦਿਆਂ ਹੋਇਆਂ ਮੌਸਮ ਵਿਭਾਗ ਨੇ ਨਿਊਯਾਰਕ ਸ਼ਹਿਰ ਦੇ ਵਿੱਚ ਭਾਰੀ ਹੜ੍ਹਾਂ ਦੀ ਚੇਤਾਵਨੀ ਵੀ ਦਿੱਤੀ ਹੈ ਹਾਲਾਤ ਐਸੇ ਤਰ੍ਹਾਂ ਦੇ ਨੇ ਕਿ ਚਾਰੇ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਤੇ ਸੜਕਾਂ ਗਲੀਆਂ ਤੇ ਨਹਿਰਾਂ ਦਾ ਰੂਪ ਧਾਰਨ ਕਰ ਲਿਆ ਜਿਕਰ ਜੁਗਾ ਕਿ ਇੱਕ ਪਾਸੇ ਕਰੋਨਾ ਨੇ ਪੂਰੀ ਦੁਨੀਆ ਦਾ ਲੱਕ ਤੋੜ ਕੇ ਰੱਖਿਆ ਹੋਇਆ ਤੇ ਪਰ ਦੂਜੇ ਪਾਸੇ ਅਜਿਹੀਆਂ ਕੁਦਰਤੀ ਆਫਤਾਂ ਨੇ ਲੋਕਾਂ ਦੀ ਚਿੰਤਾ ਹੋਰ ਵਧਾ ਦਿੱਤੀ ਹੈ